3 लाख का 8 किलो जी 8 किलो 20 1847 3 लाख रुपए बिल कट के दिता बकायदा ਇਹ ਵੀ ਉਹਨਾਂ ਦੀ ਰਸੀਦ ਹੈ ਇਹ ਪੈ ਤੇ ਇਹਨਾਂ ਦਾ ਮਾਰਕੀਟ ਰੇਟ 4500 4800 5000 ਉੱਪਰ ਗਿੱਲੇ ਪਾਣੀ ਦਾ ਛਿੱਟਾ ਭਰ ਦਿੰਦੇ ਨੇ ਬੋਰੀਆਂ ਗਿੱਲੀਆਂ ਰੱਖਣੀਆਂ ਨੇ ਉਹ ਮੇਨ ਹੈ ਉਹ ਮੇਨ ਗੱਲ ਆ ਕਿਉਂਕਿ ਉਹਦੇ ਵਿੱਚ ਇਹ ਗੱਲ ਹੋ ਜਾਂਦੀ ਆ ਵੀਰੋ 1847 ਦੀ ਪਨੀਰੀ ਬੀਜਣ ਲੱਗੇ ਆ ਤੇ ਬਰੀਡਰ ਸੀਡ ਬੀਜ ਰਹੇ ਨੇ ਤੇ ਆਪਣੇ ਜਿਹੜੇ ਲੁਧਿਆਣਾ ਏਰੀਆ ਦੇ ਫਾਰਮਰ ਨੇ ਪਰਾਲਾ ਦੇ ਕੋਲੇ ਸੁਖਜੀਤ ਸਿੰਘ ਉਹਨਾਂ ਦੇ ਖੇਤ ਬਿਜਾਈ ਕਰ ਰਹੇ ਆ ਤੇ ਨਾਲ ਨੇ ਬਾਈ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਹ ਆਪਾਂ ਬਰੀਡਰ ਸੀਡ ਬੀਜ ਰਹੇ ਹਾਂ ਜੀ ਬਰੀਡਰ ਦਾ ਕਾਰਨ ਮੇਨ ਬਰੀਡਰ ਸੀਡ ਤੋਂ ਫਾਊਂਡੇਸ਼ਨ ਸੀਡ ਬਣਨਾ ਜੀ ਇਹ ਜੀ ਫਾਊਂਡੇਸ਼ਨ ਸੀਡ ਤੋਂ ਬਾਅਦ ਫਿਰ ਸਰਟੀਫਾਈਡ ਸੀਡ ਤਿਆਰ ਹੋਣਾ ਜੀ ਜਿਹੜਾ ਫਾਊਂਡੇਸ਼ਨ ਹੈ ਇਹਨੂੰ ਸਰਟੀਫਾਈਡ ਤੋਂ ਵਧੀਆ ਮੰਨਿਆ ਜਾਂਦਾ ਸਭ ਤੋਂ ਪਹਿਲਾਂ ਬੇਸਿਕ ਸੀਡ ਹੁੰਦਾ ਜੀ ਬੇਸਿਕ ਸੀਡ ਕਿਸੇ ਬੰਦੇ ਨੂੰ ਮਿਲਦਾ ਨਹੀਂ ਹਾਂਜੀ ਬੇਸਿਕ ਸੀਡ ਸਿਰਫ ਯੂਨੀਵਰਸਿਟੀਆਂ ਆਪਣੇ ਜੋਗਾ ਤਿਆਰ ਕਰਦੀਆਂ ਜੀ ਬੇਸਿਕ ਸੀਡ ਤੋਂ ਬਾਅਦ ਫਿਰ ਬਰੀਡਰ ਸੀਡ ਤਿਆਰ ਕਰਦੀਆਂ ਜੀ ਫਿਰ ਬਰੀਡਰ ਸੀਡ ਪ੍ਰੋਡਿਊਸਰਾਂ ਨੂੰ ਦਿੱਤਾ ਜਾਂਦਾ ਹਾਂਜੀ ਬਰੀਡਰ ਸੀਡ ਤੋਂ ਫਾਊਂਡੇਸ਼ਨ ਤਿਆਰ ਹੁੰਦਾ ਫਾਊਂਡੇਸ਼ਨ ਤੋਂ ਸਰਟੀਫਾਈਡ ਤਿਆਰ ਹੁੰਦਾ ਜੀ ਹੁਣ ਜਿਹੜਾ ਇਹ ਬਰੀਡਰ ਸੀਡ ਹੈ ਇਹਦੀ ਕੀਮਤ ਹੈਗੀ ਹੈ 3 ਲੱਖ ਰੁਪਇਆ ਕੀਮਤ ਹੈ ਇਹਦੀ ਕਿੰਨੇ ਬੀਜ ਦੀ ਬਰੀਡਰ ਸੀਡ 3 ਲੱਖ ਰੁਪਏ ਦਾ 8 ਕਿਲੋ ਮਿਲਿਆ 3 ਲੱਖ ਦਾ 8 ਕਿਲੋ ਜੀ 8 ਕਿਲੋ 20 1847 3 ਲੱਖ ਰੁਪਏ ਦਾ ਜੀ 1885 ਵੀ ਬਰੀਡਰ ਸੀਡ 8 ਕਿਲੋ 3 ਲੱਖ ਦਾ ਜੀ ਤੇ 1886 ਵੀ ਬਰੀਡਰ ਸੀਡ 3 ਲੱਖ ਰੁਪਏ ਦਾ 8 ਕਿਲੋ 8 ਕਿਲੋ ਇਹ ਇੰਨਾ ਮਹਿੰਗਾ ਹੋਣ ਦਾ ਕਾਰਨ ਜੀ ਇਹ ਸਰਕਾਰ ਦਾ ਰੇਟ ਹੈ ਜੀ MOU ਕਰਦੀ ਹੈ ਐਗਰੀਮੈਂਟ ਕਰਦੀ ਹੈ 3 ਲੱਖ ਰੁਪਇਆ ਲੈ ਕੇ 8 ਕਿਲੋ ਬਰੀਡਰ ਸੀਡ ਦਿੰਦੀ ਹੈ ਜੀ 1885 1886 ਤੇ 1847 ਇਨ ਤਿੰਨੀ ਦਾ 8 ਕਿਲੋ 20 ਲਿਆਂਦਾ ਬਰੀਡਰ ਸੀਡ ਤੇ ਤਿੰਨੀ ਦਾ 3-3 ਲੱਖ ਰੁਪਇਆ ਲਿੱਤਾ ਉਹਨਾਂ ਨੇ MOU ਕਰਨ ਦਾ 9 ਲੱਖ ਦੇ ਵਿੱਚ 3 ਬਰੀਡਰ 9 ਲੱਖ ਰੁਪਏ ਦਾ 3 MOU ਹੋਏ ਨੇ ਜੀ ਤੇ ਉਹਨਾਂ ਨੇ 8-8 ਕਿਲੋ ਬਰੀਡਰ ਸੀਡ ਦਿੱਤਾ ਜੀ ਇਹਨਾਂ ਦੇ ਪ੍ਰੂਫ ਨੇ ਮੇਰੇ ਕੋਲੇ ਮੈਂ ਦਿਖਾਣਾ ਤੁਹਾਨੂੰ ਜੀ ਉਹ ਵੀ ਦਿਖਾ ਦੇਗੇ ਨਾਲ ਨਾਲ ਵੀਡੀਓ ਦੇ ਵਿੱਚ ਤੇ ਬਾਈ ਆਪਾਂ ਕਿੰਨਾ ਸੀਡ ਪਾਇਆ ਜਿਹੜਾ ਕਿੰਨੇ ਬਾਹਣ ਦੇ ਵਿੱਚ ਏਕੜ ਦੇ ਵਿੱਚ 4 ਤੋਂ 5 ਕਿਲੋ ਬੀਜ ਦੀ ਪਨੀਰੀ ਆਪਣੀ ਲੱਗ ਜਾਂਦੀ ਹੈ ਇੱਕ ਏਕੜ ਚ 4 ਤੋਂ 5 ਕਿਲੋ ਲੱਗ ਜਾਂਦਾ ਜੀ ਬਾਕੀ ਥੋੜਾ ਕੁਝ ਜੰਮ ਤੇ ਫਰਕ ਪੈ ਜਾਂਦਾ ਹੈ ਤੇ ਕੁਝ ਲੀਵਰ ਦੇ ਲਾਉਣ ਦਾ ਫਰਕ ਪੈ ਜਾਂਦਾ ਹੈ ਯਾਨੀ ਮੇਰਾ ਖਿਆਲ ਹੈ 2.5 ਤੋਂ 3 ਮਰਲੇ ਦੀ ਹਾਂਜੀ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਕਿੰਨਾ ਪਾਉਣਾ 8 ਕਿਲੋ ਇਹਦੇ ਵਿੱਚ ਆਪਾਂ 8 ਕਿਲੋ ਬੀਜ ਪਾ ਰਹੇ ਜੀ ਆਪਾਂ ਤਿੰਨਾਂ ਦੇ ਵਿੱਚ ਅਲੱਗ-ਅਲੱਗ ਪਾਤਾ ਜੀ 1847 85 ਤੇ 86 ਹਾਂਜੀ ਤੇ ਪ੍ਰੂਫ ਤੁਹਾਨੂੰ ਸਕਰੀਨ ਤੇ ਕਰ ਦਾਂਗੇ ਸ਼ੋ ਤੇ 1847 ਦੇ ਥੋੜੇ ਜਿਹੇ ਗੁਣਾ ਬਾਰੇ ਦੱਸੋਗੇ ਜੀ 1847 ਜੀ ਅੱਜ ਦੀ ਡੇਟ 'ਚ ਸਭ ਨੂੰ ਨੰਬਰ 1 ਵੈਰਾਈਟੀ ਹੈ ਜੀ ਕੋਈ ਬਿਮਾਰੀ ਨਹੀਂ ਮੀਂਹ ਆਵੇ ਹਨੇਰੀ ਆਵੇ ਤੂਫਾਨ ਆਵੇ ਡਿੱਗਦੀ ਨਹੀਂ ਇਹ ਜੀ ਬਹੁਤ ਹੀ ਅੱਛੀ ਵੈਰਾਈਟੀ ਹੈ 30 ਤੋਂ 32 ਕੁਇੰਟਲ ਦੀ ਪੈਦਾਵਾਰ ਕਹਿੰਦੇ ਨੇ ਵੈਰਾਈਟੀ ਦੇ ਇੰਨੀ ਨਿਕਲੂਗੀ ਇਹ ਮਤਲਬ ਵੀ 26 27 ਤਾਂ ਆਈ ਜਾਂਦੀ ਹੈ 90 ਦਿਨਾਂ 'ਚ ਪੱਕ ਜਾਂਦੀ ਹੈ 30 ਦਿਨ ਪਨੀਰੀ ਦੇ 90 ਦਿਨ ਬਾਅਦ 'ਚ ਜੀ 30 ਦਿਨ ਪਨੀਰੀ ਦੇ ਪਲੱਸ 90 ਦਿਨ ਮਗਰੋਂ ਜੀ 3 ਘੰਟੇ ਯੂਰੀਆ ਪਾਓ ਕੋਈ ਪ੍ਰੋਬਲਮ ਨਹੀਂ ਜੀ ਤੇ ਇਦਾਂ ਹੀ ਜਿਵੇਂ 1885 ਕੋਈ ਬਿਮਾਰੀ ਨਹੀਂ ਇਹਨੂੰ ਕੋਈ ਸਪਰੇਅ ਨਹੀਂ 1885 1886 1847 ਤਿੰਨੀ ਨੂੰ ਕੋਈ ਵੀ ਪ੍ਰੋਬਲਮ ਨਹੀਂ ਕੋਈ ਵੀ ਬਿਮਾਰੀ ਨਹੀਂ ਤਿੰਨੀ ਨੂੰ 3-3 ਘੰਟੇ ਯੂਰੀਏ ਦੇ ਪਾ ਸਕਦੇ ਹੋ 1-1 ਘੰਟਾ ਥੱਲੇ DAP ਦਾ ਪਾ ਸਕਦੇ ਹੋ ਜੀ ਜਿਵੇਂ 1885 ਆ ਗਈ ਇਹ 11-21 ਦੀ ਸੋਧ ਹੈ ਜੀ 1885 11-21 ਦੀ ਸੋਧ ਹੈ 1847 15-09 ਦੀ ਸੋਧ ਹੈ 1886 14-01 ਦੀ ਸੋਧ ਹੈ ਮੁੱਛਲ ਦੀ ਜੀ ਤੇ ਇਹਨਾਂ ਦਾ ਮਾਰਕੀਟ ਰੇਟ ਜਿਵੇਂ ਬਾਸਮਤੀਆਂ ਦਾ ਕਾਫੀ ਅਪ ਡਾਊਨ ਹੁੰਦਾ ਰਹਿੰਦਾ ਤੇ ਇਸ ਵਾਰ ਕੀ ਰੇਟ ਆਉਣ ਦੀ ਸੰਭਾਵਨਾ ਹੈਗੀ ਹੈ ਦੇਖੋ ਇਸ ਵਾਰ ਕੀ ਰੇਟ ਆਉਂਦਾ ਪਿਛਲੀ ਸਾਲ 4000 4500 4500 4800 5000 ਰੁਪਏ ਤੱਕ ਵਿਕੀ ਹੈ 1509 ਜੀ 11-21 ਵਿਕੀ ਹੈ 5500 ਰੁਪਏ ਤੱਕ ਜੀ ਤੇ ਮੁੱਛਲ ਵਿਕੀ ਹੈ 6000 ਰੁਪਏ ਤੱਕ ਜੀ ਤੇ ਬਾਕੀ ਇਸ ਵਾਰ ਐਤਕੀ ਦੇਖੋ ਕੀ ਰੇਟ ਰਹਿੰਦਾ ਇਹਨਾਂ ਵੱਧ ਵੀ ਸਕਦਾ ਘਟ ਵੀ ਸਕਦਾ ਹਾਂ ਐਤਕੀ ਵੱਧ ਵੀ ਸਕਦਾ ਹੋਰ ਵੀ ਵੱਧ ਸਕਦਾ ਰੇਟ ਘਟ ਵੀ ਸਕਦਾ ਜਿਵੇਂ 1847 1509 ਦੀ ਸੋਧ ਆ ਵੀ ਇਹਦਾ 1509 ਵਾਲਾ ਰੇਟ ਤਾਂ ਪੱਕਾ ਹੀ ਹੈ ਜੀ ਕਿਧਰੇ ਗਿਆ ਹਾਂਜੀ ਹਾਂਜੀ 1509 ਵਾਲਾ ਰੇਟ ਵਿਕੂਗੀ ਹੈ ਜੀ ਤੇ ਜਿਵੇਂ 11-21 ਦੀ ਸੋਧ ਆ 1885 ਇਹਦਾ ਉਹ ਰੇਟ ਦਾ 11-21 ਵਾਲਾ ਰੇਟ ਲੱਗੂਗਾ ਜੀ ਜੀ ਸੋ ਤੁਸੀਂ ਇਹਨਾਂ ਦੇ ਕੋਲੇ ਸਾਰੇ ਪ੍ਰੂਫ ਤੁਸੀਂ ਦੇਖ ਸਕਦੇ ਹੋ ਤੇ ਆ ਬਰੀਡਰ ਸੀਡ ਦਾ ਸਰਟੀਫਿਕੇਟ ਹੈ ਜਰਮੀਨੇ ਬੀਆਂ ਦਾ 1885 1886 1847 ਜੀ ਇਹਨਾਂ ਦਾ ਬਰੀਡਰ ਸੀਡ ਹੈ ਇਹ ਬਰੀਡਰ ਸੀਡ ਦਾ ਸਰਟੀਫਿਕੇਟ ਹੈ ਇਹ ਵਿਦ ਬਿਲ ਵਿਦ ਪ੍ਰੂਫ ਤੁਹਾਨੂੰ ਸਾਰਾ ਕੁਝ ਦਿਖਾ ਰਹੇ ਹਾਂ ਇਹ ਮੋਨਿਟਰੀ ਰਿਪੋਰਟ ਹੈ ਜੀ ਇਹ ਮੋਨਿਟਰੀ ਰਿਪੋਰਟ ਹੈ ਮਤਲਬ ਟੀਮ ਨੇ ਆ ਕੇ ਖੁਦ ਚੈੱਕ ਕੀਤਾ ਸੀ ਸਾਰਾ ਕੁਝ ਇਹਨਾਂ ਦੀ ਮੋਨਿਟਰੀ ਰਿਪੋਰਟ ਹੈ ਇਹ ਜੀ 1885 1886 1847 ਜੀ ਆ ਜਿਹੜੇ ਪੈਸੇ ਲੈ ਕੇ ਬੀਲ ਆਏ ਉਹਨਾਂ ਦੀ ਰਸੀਦ ਹੈ ਇਹ ਜੀ ਬਿੱਲ ਕੱਟ ਕੇ ਦਿੱਤਾ ਬਕਾਇਦਾ
ਇਹ ਵੀ ਉਹਨਾਂ ਦੀ ਰਸੀਦ ਹੈ ਇਹ ਪੈਸੇ ਕੱਟ ਕੇ ਜਿਹੜੇ ਲਿਆਉਂਦੇ ਨੇ ਜੀ ਜਿਹੜਾ ਬੀਜ ਦਿੰਦੇ ਨੇ ਜਿਹੜਾ ਐਮ ਓ ਯੂ ਕਰਦੇ ਨੇ ਐਮ ਓ ਯੂ ਦੀ ਰਸੀਦ ਹੈ ਇਹ ਪੈਸਿਆਂ ਦੀ ਜੀ ਆਹ ਉਹਨਾਂ ਦਾ ਬਿੱਲ ਹੈ ਤਿੰਨੇ ਵਰਾਇਟੀਆਂ ਦਾ ਜੀ ਅਤੇ ਆਪਾਂ ਇੱਕ ਵੀਰ ਜੀ ਜਰਮੀਨੇਟ ਕਰਨ ਦਾ ਤਰੀਕਾ ਦੱਸ ਦਈਏ ਬਹੁਤ ਸੋਹਣੀ ਮੈਂ ਦੇਖ ਰਿਹਾ ਜਰਮੀਨੇਟ ਹੋਈ ਹੋਈ ਹੈ ਇਹ ਸੀਡ ਤੋਂ ਹੀ ਪਤਾ ਲੱਗ ਰਿਹਾ ਵਾਸਤੇ ਇਹਨੂੰ ਆਪਾਂ ਪਹਿਲਾਂ ਤਾਂ ਪਾਣੀ ਦੇ ਵਿੱਚ ਭਿਉਂ ਕੇ ਰੱਖਣੀ ਪੈਂਦੀ ਕਿੰਨਾ ਟਾਈਮ ਭਿਉਣਾ ਚਾਹੀਦਾ ਇਹ 12 ਤੋਂ 24 ਘੰਟੇ ਤੱਕ ਤੁਸੀਂ ਭਿਉਂ ਸਕਦੇ ਹੋ 12 ਤੋਂ 24 ਘੰਟੇ ਤੱਕ ਹਾਂਜੀ ਜੀ ਉਹਦੇ ਵਿੱਚ ਵਿੱਚ ਤੁਸੀਂ ਕਿਤੇ ਵੀ ਇਹਨੂੰ ਬੀਜ ਨੂੰ ਕੱਢ ਸਕਦੇ ਹੋ ਜ਼ਿਆਦਾ ਸਰ ਤਾਂ ਹੁੰਦਾ ਵੀ ਚਲੋ ਸ਼ਾਮ ਨੂੰ ਆਪਾਂ ਭਿਉਂ ਕੇ ਅਤੇ ਸਵੇਰ ਨੂੰ ਕੱਢ ਲਈਏ ਹਾਂਜੀ ਅਤੇ ਜਾਂ ਫਿਰ ਆਪਾਂ ਦੁਪਹਿਰ ਤੱਕ ਵੀ ਇਹਨੂੰ ਕੱਢ ਸਕਦੇ ਹਾਂ ਜੀ ਅਤੇ ਉਹ ਤੋਂ ਬਾਅਦ ਮੌਸਮ ਦੇ ਅਨੁਸਾਰ 2 ਤੋਂ 3 ਦਿਨ ਇਹਨੂੰ ਆਪਾਂ ਬੋਰੀਆਂ ਥੱਲੇ ਦੱਬ ਕੇ ਰੱਖਣਾ ਹੈ ਜੀ ਅਤੇ ਉੱਪਰ ਗਿੱਲੇ ਪਾਣੀ ਦਾ ਛਿੱਟਾ ਆਪਾਂ ਦਿੰਦੇ ਨੇ ਬੋਰੀਆਂ ਗਿੱਲੀਆਂ ਰੱਖਣੀਆਂ ਨੇ ਉਹ ਮੇਨ ਹੈ ਉਹ ਮੇਨ ਗੱਲ ਆ ਕਿਉਂਕਿ ਉਹਦੇ ਵਿੱਚ ਇਹ ਗੱਲ ਹੋ ਜਾਂਦੀ ਆ ਸੀਡ ਨੂੰ ਪਖਾਰਾ ਚਾਹੀਦਾ ਜਰਮੀਨੇਸ਼ਨ ਵਾਸਤੇ ਭਿਉਂ ਚ ਇਹ 10 ਘੰਟੇ ਲਈਏ ਭਿਉਂ ਚਾਹੇ 10 ਤੋਂ 12 ਤੋਂ ਮਿਨੀਮਮ ਆਪਾਂ ਭਿਉਂ ਹੀ ਲਈਏ ਜੀ ਅਤੇ ਪਖਾਰਾ ਦੇਣਾ ਜ਼ਰੂਰੀ ਆ ਅਤੇ ਠੰਡ ਜਿੱਦਣ ਮੌਸਮ ਠੰਡਾ ਹੁੰਦਾ 2-3 ਦਿਨ ਕਈ ਵਾਰੀ ਮੀਂਹ ਬਾਰਿਸ਼ ਦਾ ਮੌਸਮ ਹੋ ਜਾਂਦਾ ਹਾਂਜੀ ਅਤੇ ਉਦੋਂ ਆਪਾਂ ਇਹਨੂੰ 1-2 ਦਿਨ ਵਾਧੂ ਵੀ ਪਖਾਰਾ ਦੇ ਸਕਦੇ ਹਾਂ ਅਤੇ ਇਹਨੂੰ ਬੀਜੀਏ ਆਪਾਂ ਖੇਤ ਦੇ ਵਿੱਚ ਛਿੱਟਾ ਉਦੋਂ ਹੀ ਦਈਏ ਪਨੀਰੀ ਦਾ ਜਦੋਂ ਪੂਰੀ ਪੁੰਗਰਿਆ ਜਿਵੇਂ ਹੁਣ ਆਹ ਤੁਸੀਂ ਦੇਖ ਰਹੇ ਹੋ ਪੂਰੀਆਂ ਤੂਈਆਂ ਛੱਡੀਆਂ ਹੋਈਆਂ ਨੇ ਹਾਂਜੀ ਹਾਂਜੀ ਤਾਂ ਇਹਦੇ ਵਿੱਚ ਜਰਮੀਨੇਸ਼ਨ ਲਾਸ ਨਹੀਂ ਹੁੰਦਾ ਹੈਗਾ ਸਾਰੀ ਜਰਮੀਨੇਸ਼ਨ ਹੁੰਦੀ ਮਤਲਬ ਜਿੰਨੇ ਆਪਾਂ ਇਕੱਲਾ ਬੀਜ ਬਿਲਕੁਲ ਜੀ ਇਕੱਲਾ ਦਾਣਾ ਜੰਮਦਾ ਹੈ ਜੀ ਆਹ ਇਹਨਾਂ ਦੇ ਥੈਲੀਆਂ ਦੇ ਟੈਕ ਨੇ ਬ੍ਰੀਡਰ ਸੀਡ ਦੇ ਜੀ ਇਹ ਜਿਹੜਾ ਟੈਕ ਹੈ ਇਹ 1885 ਦਾ ਟੈਕ ਹੈ 1885 ਕਿਲੋ ਬੀਜ ਦਾ 1885 ਦਾ ਟੈਕ ਹੈ ਬ੍ਰੀਡਰ ਸੀਡ ਦਾ ਟੈਕ ਹੈ ਜੀ ਇਹ ਜਿਹੜਾ ਟੈਕ ਹੈ 1847 ਦਾ ਟੈਕ ਹੈ ਜੀ ਬ੍ਰੀਡਰ ਸੀਡ ਦਾ 1847 ਦਾ ਟੈਕ ਹੈ ਥੈਲੀ ਦੇ ਜਿਹੜਾ ਨਾਲ ਲੱਗਿਆ ਹੋਇਆ ਸੀ ਇਹ 1886 ਦਾ ਟੈਕ ਹੈ ਇਹ ਵੀ ਥੈਲੀ ਦੇ ਨਾਲ ਲੱਗਿਆ ਸੀ ਬ੍ਰੀਡਰ ਸੀਡ ਦਾ ਟੈਕ ਹੈ ਇਹ ਸਿਰਫ ਬ੍ਰੀਡਰ ਸੀਡ ਦੇ ਹੀ ਟੈਕ ਲੱਗਦੇ ਹੈ ਹੋਰ ਕਿਸੇ ਬੀਜ ਨੂੰ ਟੈਕ ਨਹੀਂ ਲੱਗਦਾ ਮਤਲਬ ਫਾਊਂਡੇਸ਼ਨ ਬਣਾਉਣ ਲਈ ਤੁਸੀਂ ਇੰਨਾ ਖਰਚਾ ਕਰ ਰਹੇ ਹੋ ਇਹ ਫਾਊਂਡੇਸ਼ਨ ਬਣਾਉਣ ਲਈ ਇੰਨਾ ਖਰਚਾ ਕਰ ਰਹੇ ਨੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਫਾਊਂਡੇਸ਼ਨ ਬੀਜ ਬਣਾਉਣ ਲਈ ਤੇ ਵਧੀਆ ਬੀਜ ਬਣਾਉਣ ਲਈ ਇੰਨਾ ਖਰਚਾ ਕਰ ਰਹੇ ਹਾਂ ਅਸੀਂ ਜੀ ਅਤੇ ਬਾਕੀ ਜੇ ਸੀਡ ਵਗੈਰਾ ਚਾਹੀਦਾ ਜਾਂ ਕੋਈ ਹੋਰ ਇਨਫੋਰਮੇਸ਼ਨ ਲਈ ਇਹਨਾਂ ਦੇ ਕੰਟੈਕਟ ਨੰਬਰ ਸਕਰੀਨ 'ਤੇ ਦੇ ਦਾਂਗੇ ਸੁਪਰ ਗੋਲਡ ਕਰਨਾਲ ਸੀਡ ਫਾਰਮ ਤੋਂ ਨੇ ਸਰ ਗਰਗ ਜੀ ਥੈਂਕ ਯੂ ਜੀ ਸ਼ੁਕਰੀਆ ਜੀ